ਕਿਸਾਨਾਂ ਦਾ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਚੁੱਕਣ ਦਾ ਐਲਾਨ। ਅੱਜ ਹੀ ਟਰੈਕ ਕਰਨਗੇ ਖਾਲੀ, ਪਰ ਸ਼ੰਭੂ ਤੇ ਸੜਕ ਤੇ ਜਾਰੀ ਰਹੇਗਾ ਪ੍ਰਦਰਸ਼ਨ। ਗੈਸ ਦੀ ਗਰਮੀ ਕਰਕੇ 10 ਦਿਨ ਪਹਿਲਾਂ ਹੀ ਬੰਦ ਹੋਏ ਪੰਜਾਬ ਦੇ ਸਕੂਲ, ਕੱਲ੍ਹ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ। ਪੰਜਾਬ ਦੇ ਵਿੱਚ 45 ਡਿਗਰੀ ਦੇ ਕਰੀਬ ਹੈ ਤਾਪਮਾਨ। ਕਰਨਾਲ ਦੇ ਵਿੱਚ ਗਰਜੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਸੀਐਮ ਤੇ ਬੀਜੇਪੀ ਉਮੀਦਵਾਰ ਮਨੋਹਰ ਲਾਲ ਦੇ ਹੱਕ ਦੇ ਵਿੱਚ ਮੰਗੀਆਂ ਵੋਟਾਂ। ਬੋਲੇ, ਘੱਟ ਗਿਣਤੀ ਦੇ ਵੋਟ ਬੈਂਕ ਕਰਕੇ ਕਾਂਗਰਸ ਨੇ ਠੁਕਰਾਇਆ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ। ਚੰਡੀਗੜ੍ਹ ਦੇ ਵਿੱਚ ਯੋਗੀ ਆਦਿੱਤਿਆਨਾਥ ਨੇ ਬੀਜੇਪੀ ਦੇ ਪ੍ਰਚਾਰ ਨੂੰ ਦਿੱਤੀ ਧਾਰ। ਬੋਲੇ, 4 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਮੋਦੀ। ਦੁਨੀਆਂ ਦੇ ਵਿੱਚ ਵੱਜਿਆ ਭਾਰਤ ਦਾ ਡੰਕਾ। ਫਾਜ਼ਿਲਕਾ 'ਚ ਬੌਬੀ ਮਾਨ ਦੇ ਹੱਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਪ੍ਰਚਾਰ। ਬੋਲੇ, ਸਿਰਫ ਅਕਾਲੀ ਦਲ ਹੀ ਜਾਣਦਾ ਪੰਜਾਬ ਦੀ ਨਬਜ਼, ਅਸੀਂ ਫਾਜ਼ਿਲਕਾ 'ਚ ਭਾਰਤ ਪਾਕ ਬਾਰਡਰ ਤੋਂ ਸ਼ੁਰੂ ਕਰਾਂਗੇ ਵਪਾਰ। ਖਹਿਰਾ ਦੇ ਪ੍ਰਵਾਸੀਆਂ ਵਾਲੇ ਬਿਆਨ ਤੇ ਸਿਆਸੀ ਘਮਸਾਣ ਜਾਰੀ। ਰਵਨੀਤ ਬਿੱਟੂ ਨੇ ਰਾਜਾ ਵੜਿੰਗ ਦਾ ਪ੍ਰਧਾਨਗੀ ਤੋਂ ਮੰਗਿਆ ਅਸਤੀਫਾ। ਬੋਲੇ, ਭ੍ਰਿਸ਼ਟ ਹੋ ਚੁੱਕੀ ਹੈ ਕਾਂਗਰਸ ਦੀ ਬੁੱਧੀ। ਲੋਕ ਸਭਾ ਚੋਣਾਂ ਦੇ 5ਵੇਂ ਗੇੜ ਦੇ ਵਿੱਚ 49 ਸੀਟਾਂ 'ਤੇ ਵੋਟਿੰਗ ਜਾਰੀ। 3 ਵਜੇ ਤੱਕ 47% ਹੋਈ ਵੋਟਿੰਗ। ਮੁੰਬਈ ਦੇ ਵਿੱਚ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਨੇ ਬਾਲੀਵੁੱਡ ਸਟਾਰ, ਵੋਟ ਹੱਕ ਦਾ ਕੀਤਾ ਇਸਤੇਮਾਲ। ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਮੌਤ ਦੀ ਪੁਸ਼ਟੀ। ਰਾਸ਼ਟਰਪਤੀ, ਵਿਦੇਸ਼ ਮੰਤਰੀ ਸਣੇ ਸਾਰੇ 9 ਲੋਕਾਂ ਦੀ ਮੌਤ। ਅਜ਼ਰਬੈਜਾਨ ਦੀਆਂ ਪਹਾੜੀਆਂ ਦੇ ਵਿੱਚ ਮਿਲਿਆ ਮਲਬਾ। ਪ੍ਰਧਾਨ ਮੰਤਰੀ ਮੋਦੀ ਨੇ ਵੀ ਘਟਨਾ 'ਤੇ ਜਤਾਇਆ ਦੁੱਖ। ਸੁਰਜੀਤ ਪਾਤਰ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ। ਪਾਤਰ ਸਾਹਿਬ ਨੂੰ ਦਿੱਤੀ ਸ਼ਰਧਾਂਜਲੀ, 11 ਮਈ ਨੂੰ ਹੋਇਆ ਸੀ ਦੇਹਾਂਤ। ਫਿਰੋਜ਼ਪੁਰ ਦੇ ਨਾਮਦੇਵ ਚੌਂਕ ਦੇ ਨੇੜੇ ਪੰਜਾਬ ਦੇ ਮੁੱਦੇ ਕੀ ਨੇ? ਅਨਿਲ ਬਾਗੀ ਪਾਰਕ ਦੇ ਵਿੱਚ ਚਾਰ ਧਿਰਾਂ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਖੜੀਆਂ ਨੇ। ਨਿਊਜ਼ 18 ਪੰਜਾਬ ਦਾ ਮੈਗਾ ਸ਼ੋਅ ਤਾਕੜ ਵਰਸਸ ਤਾਕੜ 2.0 ਅੱਜ ਰਾਤ 8 ਵਜੇ ਲਾਈਵ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਦਾ। ਨਾਮ ਹੈ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ। ਹੁਣ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੇ 5ਵੇਂ ਗੇੜ ਦੀ। 5ਵੇਂ ਗੇੜ ਦੇ ਲਈ ਅੱਜ ਵੋਟਿੰਗ ਜਾਰੀ ਹੈ। 8 ਸੂਬਿਆਂ ਦੀਆਂ 49 ਸੀਟਾਂ 'ਤੇ ਦਰਅਸਲ ਵੋਟਿੰਗ ਹੋ ਰਹੀ ਹੈ। ਯੂਪੀ ਦੀਆਂ 13 ਸੀਟਾਂ ਜਿਸ ਦੇ ਵਿੱਚ ਸ਼ਾਮਲ ਨੇ, ਮਹਾਰਾਸ਼ਟਰ 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਮੁੰਬਈ ਦੇ ਵਿੱਚ ਬਾਲੀਵੁੱਡ ਦੇ ਸਿਤਾਰਿਆਂ ਦੇ ਵੱਲੋਂ ਆਪਣੀ ਵੋਟ ਭੁਗਤਾਈ ਜਾ ਰਹੀ ਹੈ, ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ। ਵੱਡੇ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਵਿੱਚ ਤੁਹਾਨੂੰ ਅਲੱਗ ਅਲੱਗ ਤਸਵੀਰਾਂ ਅਸੀਂ ਵਿਖਾ ਰਹੇ ਹਾਂ। ਧਰਮਿੰਦਰ ਦਿਓਲ, ਹੇਮਾ ਮਾਲਨੀ, ਅਕਸ਼ੇ ਕੁਮਾਰ, ਗੋਵਿੰਦਾ, ਨਾਨਾ ਪਾਠੇਕਰ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ। ਇਸ ਤੋਂ ਇਲਾਵਾ ਸੁਨੀਲ ਸ਼ੈੱਟੀ, ਪ੍ਰੇਸ਼ ਰਾਵਲ, ਫਰਹਾਨ ਅਖਤਰ, ਰਣਦੀਪ ਹੁੱਡਾ, ਵਿਦਿਆ ਬਾਲਨ ਨੇ ਵੋਟ ਭੁਗਤਾਈ ਹੈ। ਉੱਥੇ ਬਾਲੀਵੁੱਡ ਦੇ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਕੈਲਾਸ਼ ਖੇਰ, ਗੁਲਜ਼ਾਰ, ਰਾਜ ਕੁਮਾਰ ਰਾਓ, ਨੇਹਾ ਧੂਪੀਆ, ਜਾਨਵੀ ਕਪੂਰ, ਅਨੀਤਾ ਰਾਜ, ਸੁਭਾਸ਼ ਕਈ, ਇਮਰਾਨ ਹਾਸ਼ਮੀ, ਆਮਿਰ, ਕਿਰਨ, ਸ਼ਿਲਪਾ ਸ਼ੈੱਟੀ, ਰਣਬੀਰ, ਦੀਪਿਕਾ, ਸ਼ਰਲਿਨ ਚੋਪੜਾ ਦੇ ਵੱਲੋਂ ਵੀ ਵੋਟ ਭੁਗਤਾਈ ਗਈ ਹੈ। ਉੱਥੇ ਹੀ ਵੱਡੇ ਸਿਤਾਰੇ ਜਿਹੜੇ ਕਿ ਪੋਲਿੰਗ ਬੂਥਾਂ ਤੱਕ ਪਹੁੰਚੇ, ਵੋਟ ਹੱਕ ਦਾ ਇਸਤੇਮਾਲ ਕੀਤਾ ਕਿ ਉਹਨਾਂ ਦੇ ਵਿੱਚ ਸੰਜੇ ਦੱਤ, ਅਨਿਲ ਕਪੂਰ, ਰਕੁਲ ਪ੍ਰੀਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮਨੋਜ ਵਾਜਪਾਈ, ਰਣਜੀਤ, ਗੁਲਸ਼ਨ ਗਰੋਵਰ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਅਤੇ ਵੋਟਰਾਂ ਨੂੰ ਵੀ ਇਹਨਾਂ ਸਿਤਾਰਿਆਂ ਦੇ ਵੱਲੋਂ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਜਿਹੜੇ ਪੋਲਿੰਗ ਬੂਥਾਂ ਤੱਕ ਪਹੁੰਚਣ, ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ। ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਵੱਖ ਵੱਖ ਸਿਤਾਰਿਆਂ ਦੇ ਵੱਲੋਂ ਪੋਲਿੰਗ ਬੂਥਾਂ 'ਤੇ ਜਾ ਕੇ ਆਪਣੇ ਵੋਟ ਭੁਗਤਾਈ ਗਈ ਹੈ, ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ। ਆਮਿਰ, ਕਿਰਨ, ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਰਣਬੀਰ, ਦੀਪਿਕਾ, ਸ਼ਰਲਿਨ ਚੋਪੜਾ, ਸੰਜੇ ਦੱਤ, ਅਨਿਲ ਕਪੂਰ, ਰਕੁਲ ਪ੍ਰੀਤ, ਮਨੋਜ ਵਾਜਪਾਈ, ਰਣਜੀਤ, ਗੁਲਸ਼ਨ ਗਰੋਵਰ, ਅਲੱਗ ਅਲੱਗ ਤੁਹਾਨੂੰ ਮੁੰਬਈ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਵੀ ਅੱਜ ਵੋਟਿੰਗ ਜਾਰੀ ਹੈ। ਤਾਂ ਮੁੰਬਈ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਬਾਲੀਵੁੱਡ ਦੇ ਸਿਤਾਰੇ ਨੇ ਉਹ ਪੋਲਿੰਗ ਬੂਥਾਂ ਤੱਕ ਪਹੁੰਚੇ ਅਤੇ ਆਪਣੀ ਵੋਟ ਭੁਗਤਾਈ ਗਈ। ਜ
ਉੱਥੇ ਹੀ ਗੱਲ ਸਿਆਸਤ ਦੀ ਕੀਤੀ ਜਾਵੇ ਅਤੇ ਸਿਆਸਤ ਦੇ ਵੱਡੇ ਦਿੱਗਜ ਵੱਡੇ ਸਿਆਸਤਦਾਨਾਂ ਨੇ ਆਪਣੀ ਵੋਟ ਪਾਈ ਗਈ ਹੈ, ਜਿਨ੍ਹਾਂ ਦੇ ਵਿੱਚ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ, ਪਿਊਸ਼ ਗੋਇਲ, ਮਾਇਆਵਤੀ, ਏਕਨਾਥ ਸ਼ਿੰਦੇ, ਰਾਜ ਠਾਕਰੇ, ਉਧਵ ਠਾਕਰੇ, ਬ੍ਰਿਜ ਭੂਸ਼ਣ, ਵੱਖ ਵੱਖ ਤੁਹਾਨੂੰ ਸਿਆਸਤ ਦੇ ਦਿੱਗਜ ਦਿਖਾ ਰਹੇ, ਜਿਨ੍ਹਾਂ ਦੇ ਵੱਲੋਂ ਪੋਲਿੰਗ ਬੂਥਾਂ 'ਤੇ ਜਾ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਅਤੇ ਵੋਟਰਾਂ ਨੂੰ ਵੀ ਵੱਧ ਤੋਂ ਵੱਧ ਅਪੀਲ ਕੀਤੀ ਗਈ ਹੈ ਕਿ ਅੱਜ ਲੋਕਤੰਤਰ ਦਾ ਵੱਡਾ ਮਹਾਂ ਉਤਸਵ ਹੈ, ਇਸ ਕਰਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਜਾਵੇ, ਪੋਲਿੰਗ ਬੂਥਾਂ ਤੱਕ ਸਾਰੇ ਲੋਕ ਜਿਹੜੇ ਵੋਟਰ ਨੇ ਉਹ ਪਹੁੰਚਣ। ਇਸ ਦੇ ਵਿਚਾਲੇ ਦਿੱਗਜਾਂ ਦੇ ਵੱਲੋਂ ਆਪਣੀ ਵੋਟ ਭੁਗਤਾਈ ਗਈਆਂ, ਅਲੱਗ ਅਲੱਗ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ, ਪਿਊਸ਼ ਗੋਇਲ, ਮਾਇਆਵਤੀ, ਏਕਨਾਥ ਸ਼ਿੰਦੇ, ਰਾਜ ਠਾਕਰੇ, ਉਧਵ ਠਾਕਰੇ ਅਤੇ ਬ੍ਰਿਜ ਭੂਸ਼ਣ ਦੇ ਵੱਲੋਂ ਵੀ ਆਪਣੀ ਵੋਟ ਪਾਈ ਗਈ। 3 ਵਜੇ ਤੱਕ ਦੇ ਜਿਹੜੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 3 ਵਜੇ ਤੱਕ ਬਿਹਾਰ ਦੇ ਵਿੱਚ 45.33% ਵੋਟਿੰਗ ਹੋਈ ਹੈ। ਓਵਰਆਲ ਗੱਲ ਕੀਤੀ ਜਾਵੇ 3 ਵਜੇ ਤੱਕ ਅੰਕੜਾ ਜਿਹੜਾ ਸਾਹਮਣੇ ਆ ਚੁੱਕਾ 47.53% 3 ਵਜੇ ਤੱਕ 5ਵੇਂ ਗੇੜ ਦੇ ਵਿੱਚ ਵੋਟਿੰਗ ਹੋ ਚੁੱਕੀ ਹੈ। ਜੇਕਰ ਵੱਖ ਵੱਖ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਰਹੇ ਹਾਂ। ਵੱਖ ਵੱਖ ਸੂਬਿਆਂ ਦਾ ਜਿਹੜਾ ਕਿ ਅੰਕੜਾ ਸਾਹਮਣੇ ਆ, ਓਵਰਆਲ 47.53% ਜਿਹੜੀ ਕਿ 5ਵੇਂ ਗੇੜ ਦੇ ਵਿੱਚ ਵੋਟਿੰਗ ਹੋਈ ਹੈ। 3 ਵਜੇ ਤੱਕ ਦਾ ਦਰਅਸਲ ਇਹ ਅੰਕੜਾ ਜਿਹੜਾ ਕਿ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਅੱਜ 5ਵੇਂ ਗੇੜ ਦੀ ਵੱਖ ਵੱਖ ਸੂਬਿਆਂ ਦੇ ਵਿੱਚ ਜੋ ਕਿ ਵੋਟਿੰਗ ਹੋਈ ਹੈ ਅਤੇ 3 ਵਜੇ ਤੱਕ 47.53% ਜੋ ਕਿ ਵੋਟਿੰਗ ਹੋਈ ਹੈ। ਇਸੇ ਦੌਰਾਨ ਬੋਲੀਵੁੱਡ ਦੇ ਵੱਡੇ ਸਿਤਾਰਿਆਂ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ। ਉੱਥੇ ਹੀ ਵੱਡੇ ਸਿਆਸੀ ਦਿੱਗਜ ਵੀ ਜਿਹੜੇ ਕਿ ਪੋਲਿੰਗ ਬੂਥਾਂ ਤੱਕ ਪਹੁੰਚੇ, ਉਹਨਾਂ ਦੇ ਵੱਲ ਆਪਣੀ ਵੋਟ ਭੁਗਤਾਈ ਗਈ ਹੈ। ਵੱਡੇ ਬਾਲੀਵੁੱਡ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਇਹ ਤਸਵੀਰ ਵਿਖਾ ਰਹੇ ਹਾਂ, ਸ਼ਾਹਰੁਖ ਖਾਨ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਬਾਲੀਵੁੱਡ ਦੇ ਵੱਡੇ ਸਿਤਾਰੇ, ਵੱਡੇ ਸਟਾਰ ਸ਼ਾਹਰੁਖ ਖਾਨ ਜਦੋਂ ਪੋਲਿੰਗ ਬੂਥ 'ਤੇ ਪਹੁੰਚੇ, ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਉਹਨਾਂ ਦੇ ਵੱਲੋਂ। ਤਸਵੀਰਾਂ ਦੇ ਵਿੱਚ ਸ਼ਾਹਰੁਖ ਖਾਨ ਨਜ਼ਰ ਆ ਰਹੇ ਨੇ, ਜਿਵੇਂ ਕਿ ਵੱਖ ਵੱਖ ਤੁਹਾਨੂੰ ਅਸੀਂ ਤਸਵੀਰਾਂ ਵਿਖਾਈਆਂ, ਚਾਹੇ ਉਹ ਅਦਾਕਾਰ ਹੋਣ ਚਾਹੇ ਅਦਾਕਾਰਾਂ ਹੋਣ, ਵੱਡੀ ਗਿਣਤੀ ਦੇ ਜਿਹੜੇ ਕਿ ਬਾਲੀਵੁੱਡ ਦੇ ਸਿਤਾਰੇ ਨੇ ਉਹ ਪੋਲਿੰਗ ਬੂਥਾਂ ਤੱਕ ਪਹੁੰਚੇ ਨੇ। ਅਤੇ ਸ਼ਾਹਰੁਖ ਖਾਨ ਜਦੋਂ ਪੋਲਿੰਗ ਬੂਥ 'ਤੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ, ਉਹ ਵੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਨਜ਼ਰ ਆ ਰਹੀ ਹੈ, ਸੁਰੱਖਿਆ ਮੁਲਾਜ਼ਮ ਵੱਡੀ ਗਿਣਤੀ ਵਿੱਚ ਨਜ਼ਰ ਆ ਰਹੇ ਅਤੇ ਇਸ ਦੇ ਵਿਚਾਲੇ ਹੀ ਸ਼ਾਹਰੁਖ ਖਾਨ ਵੀ ਪੋਲਿੰਗ ਬੂਥ 'ਤੇ ਪਹੁੰਚੇ, ਜਿਨ੍ਹਾਂ ਦੇ ਵੱਲੋਂ ਵੋਟ ਭੁਗਤਾਈ ਗਈ ਹੈ। ਅਤੇ ਇਹਨਾਂ ਸਿਤਾਰਿਆਂ ਦੇ ਵੱਲੋਂ ਉੱਥੇ ਖੁਦ ਵੋਟ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ, ਉੱਥੇ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਵੋਟਰ ਜਿਹੜੇ ਕਿ ਲੋਕਤੰਤਰ ਦੇ ਵੱਡੇ ਤਿਉਹਾਰ ਦੇ ਮੌਕੇ ਪੋਲਿੰਗ ਬੂਥਾਂ ਤੱਕ ਪਹੁੰਚਣ, ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ, ਕਿਉਂਕਿ ਉਹਨਾਂ ਦੀ ਵੋਟ ਹੀ ਤੈਅ ਕਰੇਗੀ ਕਿ ਆਖਿਰਕਾਰ 4 ਜੂਨ ਨੂੰ 24 ਦਾ ਚੈਂਪੀਅਨ ਕੌਣ ਬਣੇਗਾ, ਕੌਣ ਅਗਲਾ ਪ੍ਰਧਾਨ ਮੰਤਰੀ ਹੋਵੇਗਾ। ਇਸ ਦੇ ਵਿਚਾਲੇ ਮੁੰਬਈ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਨੇ, ਸ਼ਾਹਰੁਖ ਖਾਨ ਵੋਟ ਪਾਉਣ ਦੇ ਲਈ ਪੋਲਿੰਗ ਬੂਥ 'ਤੇ ਪਹੁੰਚੇ, ਵੱਡੀ ਗਿਣਤੀ ਦੇ ਵਿੱਚ ਮੀਡੀਆ ਕਰਮੀਆਂ ਦਾ ਵੀ ਜਮਾਵੜਾ ਨਜ਼ਰ ਆ ਰਿਹਾ, ਉੱਥੇ ਵੱਡੀ ਗਿਣਤੀ ਵਿੱਚ ਮੁੰਬਈ ਪੁਲਿਸ ਦੇ ਮੁਲਾਜ਼ਮ ਨਜ਼ਰ ਆ ਰਹੇ ਅਤੇ ਇਸ ਦੇ ਵਿਚਾਲੇ ਸ਼ਾਹਰੁਖ ਖਾਨ ਵੀ ਵੋਟ ਪਾਉਣ ਦੇ ਲਈ ਪਹੁੰਚੇ। ਰੁਕ ਕਰਾਂਗੇ ਹੁਣ ਪੰਜਾਬ ਦੀ ਸਿਆਸਤ ਦਾ। ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੁਨਬਾ ਵਧਿਆ, ਕਾਂਗਰਸ ਤੇ ਭਾਜਪਾ ਨੂੰ ਝਟਕਾ ਲੱਗਿਆ। ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਸੀਐਮ ਭਗਵੰਤ ਮਾਨ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਹੈ। ਭਾਜਪਾ ਘੱਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਨਵਰ ਹੁਸੈਨ ਤੇ ਬੁਲਾਰੇ ਅਸਰਾਰ ਤਰੀਨ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਵਿਧਾਇਕ ਮਦਨ ਲਾਲ ਬੱਗਾ ਵੀ ਇਸ ਦੌਰਾਨ ਮੌਜੂਦ ਰਹੇ। ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ, ਅਲੱਗ ਅਲੱਗ ਜਿਹੜੀਆਂ ਕਿ ਜੁਆਇਨਿੰਗ ਲੋਕ ਸਭਾ ਚੋਣਾਂ ਦੇ ਵਿਚਾਲੇ ਹੋ ਰਹੀਆਂ ਨੇ ਤਾਂ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੁਨਬਾ ਵਧਿਆ, ਕਾਂਗਰਸ ਅਤੇ ਭਾਜਪਾ ਨੂੰ ਇਸ ਦੌਰਾਨ ਝਟਕਾ ਲੱਗਿਆ। ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨੀਸ਼ਾ ਕਪੂਰ ਜਿਹੜੇ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ, ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਗਿਆ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਤਸਵੀਰਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆ ਰਹੇ ਨੇ।
ਸਾਧੂ ਸੁਖਪਾਲ ਖਹਿਰਾ ਦੇ ਬਿਆਨ ਤੇ ਸਿਆਸੀ ਘਮਸਾਣ ਲਗਾਤਾਰ ਜਾਰੀ ਹੈ। ਰਵਨੀਤ ਬਿੱਟੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਸਤੀਫਾ ਮੰਗ ਲਿਆ। ਰਾਜਾ ਵੜਿੰਗ ਪ੍ਰਧਾਨਗੀ ਤੋਂ ਅਸਤੀਫਾ ਦੇਣ ਰਵਨੀਤ ਬਿੱਟੂ ਇਹ ਮੰਗ ਕਰ ਰਹੇ ਨੇ। ਰਾਹੁਲ ਤੇ ਪ੍ਰਿੰਕਾ ਦੀ ਸ਼ਾਇਦ ਤੇ ਖਹਿਰਾ ਨੇ ਇਹ ਬਿਆਨ ਦਿੱਤਾ। ਇਹ ਰਵਨੀਤ ਬਿੱਟੂ ਦੇ ਵੱਲੋਂ ਵੱਡਾ ਨਿਸ਼ਾਨਾ ਸਾਧਿਆ ਗਿਆ। ਬਿੱਟੂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਖਹਿਰਾ ਦੇ ਬਿਆਨ ਦੇ ਨਾਲ ਹੋਰਨਾਂ ਸੂਬਿਆਂ ਦੇ ਵਿੱਚ ਪੰਜਾਬੀਆਂ ਦੀ ਜਾਨ ਨੂੰ ਖਤਰਾ ਹੈ। ਸੁਖਪਾਲ ਖਹਿਰਾ ਨੇ ਬਾਹਰੀਆਂ ਨੂੰ ਲੈ ਕੇ ਦਰਅਸਲ ਬਿਆਨ ਦਿੱਤਾ ਸੀਗਾ। ਬਾਹਰੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਨੂੰਨ ਬਣਾਉਣ ਦੀ ਗੱਲ ਕਹੀ ਸੀ। ਹਾਲਾਂਕਿ ਸਫਾਈ ਦੇ ਬੰਦਿਆਂ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਖਿਲਾਫ਼ ਪ੍ਰੋਪੇਗੰਡਾ ਚਲਾਇਆ ਜਾ ਰਿਹਾ। ਹਾਲਾਂਕਿ ਉਹਨਾਂ ਦੇ ਵੱਲੋਂ ਕੱਲ੍ਹ ਸਫਾਈ ਵੀ ਦਿੱਤੀ ਗਈ, ਪਰ ਇਸ ਦੇ ਵਿਚਾਲੇ ਲਗਾਤਾਰ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਦਾ ਵਿਰੋਧ ਹੋ ਰਿਹਾ ਤੇ ਹੁਣ ਰਵਨੀਤ ਬਿੱਟੂ ਦੇ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੋਂ ਹੀ ਅਸਤੀਫਾ ਮੰਗ ਲਿਆ ਗਿਆ। ਰਾਜਾ ਵੜਿੰਗ ਜਿਹੜੇ ਕਿ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਨੇ। ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਪ੍ਰਧਾਨਗੀ ਤੋਂ ਅਸਤੀਫਾ ਦੇਣ। ਰਾਹੁਲ ਤੇ ਪ੍ਰਿੰਕਾ ਦੇ ਸ਼ਹਿਰ ਤੇ ਹੀ ਖਹਿਰਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ, ਜੋ ਰਵਨੀਤ ਬਿੱਟੂ ਦਾ ਕਹਿਣਾ। ਲੋਕ ਇਹ ਕਾਂਗਰਸ ਪਾਰਟੀ ਨੂੰ ਕੀ ਹੋ ਗਿਆ, ਇਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ। ਪਹਿਲਾਂ ਕਹਿੰਦੇ ਅਸੀਂ ਰਾਮ ਜੀ ਦੇ ਮੰਦਰ 'ਚ ਨਹੀਂ ਜਾਣਾ, ਉਹ ਚਿੱਠੀ ਲਿਖਦੇ ਆ। ਹੁਣ ਇਹ ਕਹਿੰਦੇ ਆ ਰਾਜਾ ਵੜਿੰਗ ਸਾਹਿਬ ਨੂੰ ਬਿਲਕੁਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਘਰੇ ਬਹਿ ਜਾਣਾ ਚਾਹੀਦਾ। ਐਸਾ ਉਹਨਾਂ ਦਾ, ਉਹ ਕਹਿੰਦੇ ਆ ਜੀ ਮੈਂ ਮਾਫ਼ੀ ਮੰਗਦਾ, ਇਹ ਜਾਣ ਬੁੱਝ ਕੇ ਇਹ ਐਸੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ। ਇਹਦੇ ਵਿੱਚ ਖਹਿਰਾ ਸਾਹਿਬ ਐਂ ਚੰਨੀ ਸਾਹਿਬ ਦੀ ਵੀਡੀਓ ਨਾਲ ਜੋੜੋ। ਮੈਂ ਤੁਹਾਨੂੰ ਸੁਣਾ ਦੇਣਾ ਵੀ ਚੰਨੀ ਸਾਹਿਬ ਨੇ ਕੀ ਕਿਹਾ ਸੀ ਵੀ ਸਾਰੇ ਪ੍ਰਵਾਸੀਆਂ ਨੂੰ ਭਜਾ ਦਿਉ, ਇਹੀ ਗੱਲ ਚੰਨੀ ਸਾਹਿਬ ਨੇ ਕਹੀ ਤਾਂ, ਅਤੇ ਉਸ ਵੇਲੇ ਵੀ ਪ੍ਰਿਅੰਕਾ ਗਾਂਧੀ ਨਾਲ ਖੜ੍ਹੇ ਸੀ। ਹੁਣ ਵੀ ਇਹ ਗੱਲ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਤੋਂ, ਹੁਣ ਹਰ ਵਰਗ ਹਰ ਧਾਰਮਿਕ ਸੰਸਥਾਵਾਂ ਬੈਠੀਆਂ, ਸੰਪਰਦਾਵਾਂ ਬੈਠੀਆਂ, ਕਲਾਕਾਰ ਬੈਠੇ ਆ, ਹਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੈਠੇ, ਆਪ ਵੀ ਆਏ ਆ, ਕਿਸੇ ਨੂੰ ਕੋਈ ਕਾਰਡ ਤਾਂ ਭੇਜਿਆ ਨਹੀਂ। ਫਰਜ਼ ਸਮਝਦੇ ਆ ਕਿ ਹਾਂ ਅੱਜ ਜਾਣਾ ਉੱਥੇ, ਆਪਣਾ ਫਰਜ਼ ਹੈ ਸ਼ਰਧਾਂਜਲੀ ਦੇਣੀ ਹੈ। ਔਰ ਪਰਿਵਾਰ ਲਈ ਇਹੀ ਇੱਕ ਮਤਲਬ ਸਮਝ ਲਓ ਧਾਰਸ ਹੈ, ਹੌਂਸਲਾ ਹੈ ਕਿ ਸਾਡੇ ਨਾਲ ਖੜ੍ਹੇ ਹੈ, ਅਸੀਂ ਇਕੱਲੇ ਨਹੀਂ। ਦੁੱਖ ਜਿਹੜਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ, ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ। ਸੋ ਅਸੀਂ ਅੱਜ ਪੰਜਾਬੀ ਮਾਂ ਬੋਲੀ ਦਾ ਦੁੱਖ ਵੰਡਾਉਣਾ ਆ, ਕਿਉਂਕਿ ਪੰਜਾਬੀ ਮਾਂ ਬੋਲੀ ਅੱਜ ਦੁਖੀ ਹੈ, ਅੱਜ ਅਫਸੋਸ 'ਚ ਹੈ ਕਿ ਮੇਰਾ ਲਾਡਲਾ ਪੁੱਤ ਚਲਾ ਗਿਆ। ਸੋ ਇਹੋ ਜਿਹੀਆਂ ਕਲਮਾਂ ਜਿਹੜੀਆਂ ਨੇ ਇਹ ਬਹੁਤ ਕਦੇ ਕਦੇ ਹੀ ਪੈਦਾ ਹੁੰਦੀਆਂ ਨੇ, ਪਰ ਹਾਂ ਕਲਮਾਂ ਦੇ ਉੱਤੇ ਜਿਹੜਾ ਲਿਖਿਆ ਹੋਇਆ, ਜੋ ਲਿਖਿਆ ਕਲਮਾਂ ਨੇ ਉਹਨਾਂ ਦੇ ਛੋਟੇ ਛੋਟੇ ਅੱਖਰਾਂ 'ਚ ਆਪਾਂ ਲਿਖ ਤਾਂ ਸਕਦੇ ਹਾਂ, ਇੰਨੀ ਕੁ ਟਰਾਈ ਕਰ ਸਕਦੇ ਹਾਂ ਕਿ ਉਹ ਕਲਮਾਂ ਜਿਹੜੀਆਂ ਨੇ, ਕਿੰਨੇ ਸਾਲ ਪਹਿਲਾਂ ਗੁਰੂ ਸਾਹਿਬ ਨੇ ਆ ਖਜ਼ਾਨਾ ਦਿੱਤਾ ਸਾਨੂੰ। ਅੱਜ ਵੀ ਆਨੰਦ ਸਾਹਿਬ ਦੇ ਪਾਠ 'ਚ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ। ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਧੂੰਆਂ ਕਰਦੀਆਂ ਹੋਣਗੀਆਂ ਵੀ ਹਵਾ ਨੂੰ ਖਤਰਾ ਹੋਊ, ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਪਾਣੀ ਡੰਪ ਕਰਦੀਆਂ ਹੋਣਗੀਆਂ ਥੱਲੇ ਬੋਰ ਕਰਕੇ, ਉਸ ਵੇਲੇ ਕਿਹੜਾ ਕੋਈ ਧਰਤੀ ਦੇ ਉੱਤੇ ਸਪਰੇਅ ਛਿੜਕ ਕੇ ਉਹਨੂੰ ਜ਼ਹਿਰੀਲੀ ਕਰਦਾ ਹੋਊ। ਪਰ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੋਊਗਾ। ਪਵਨ, ਪਾਣੀ ਅਤੇ ਧਰਤੀ ਤਿੰਨ ਦਰਜੇ ਨੇ। ਪਵਨ ਨੂੰ ਗੁਰੂ ਦਾ ਦਰਜਾ, ਪਵਨ ਗੁਰੂ, ਪਾਣੀ ਪਿਤਾ, ਪਾਣੀ ਨੂੰ ਪਿਤਾ ਦਰਜਾ, ਧਰਤੀ ਨੂੰ ਮਾਤਾ ਦਰਜਾ। ਬਦਕਿਸਮਤੀ ਨੇ ਅਸੀਂ ਇਹ ਤਿੰਨੋਂ ਦਰਜੇ ਕਾਇਮ ਨਹੀਂ ਰੱਖ ਸਕੇ। ਬਹੁਤ ਲਿਖਿਆ ਪਾਤਰ ਸਾਹਿਬ ਨੇ, ਖੁਦ ਬਹੁਤ ਲਿਖਿਆ ਵਾਤਾਵਰਨ ਬਾਰੇ ਬਹੁਤ ਲਿਖਿਆ। ਜਿਹੜਾ ਬੰਦਾ ਕਚਹਿਰੀਆਂ ਦੇ ਮੂਹਰੇ ਖੜ੍ਹੇ ਦਰਖਤ ਦਰਖਤਾਂ ਨੂੰ ਬੰਦੇ ਸਮਝਦਾ,
ਕਿ ਉਹ ਬੰਦੇ ਨੇ ਜਿਹੜੇ ਇਨਸਾਫ ਉਡੀਕਦੇ ਇੱਥੇ ਖੜ ਕੇ ਸੁੱਕ ਗਏ, ਦਰਖਤ ਹੋ ਗਏ, ਬਿਰਖ ਹੋ ਗਏ, ਉਹ ਬੰਦੇ ਨੇ ਤਾਂ ਵਾਤਾਵਰਨ ਦੇਖ ਲਿਆ ਸਮਝ ਲਓ ਫਿਰ। ਸੋ ਅੱਜ ਪੰਜਾਬ ਦੇ ਪੱਤੇ ਪੱਤੇ 'ਚੋਂ ਜਿਹੜਾ ਪੱਤਾ ਵੀ ਥੋੜ੍ਹਾ ਜਿਹਾ ਹਰੇ ਰੰਗ ਦਾ, ਉਹ ਅਫਸੋਸ ਕਰ ਰਿਹਾ ਕਿ ਅੱਜ ਪੱਤਿਆਂ, ਟਾਹਣੀਆਂ, ਬਿਰਖਾਂ, ਬਾਂਸਰੀਆਂ ਬਾਰੇ ਲਿਖਣ ਵਾਲਾ ਹੈ ਨਹੀਂ। ਅੱਜ ਇਕੱਲੇ ਜਿਉਂਦੇ ਜੀਆਂ ਵਾਸਤੇ ਨਹੀਂ ਲਿਖਿਆ, ਉਹਨਾਂ ਨੇ ਦਰਖਤਾਂ, ਟਾਹਣੀਆਂ, ਪੱਤਿਆਂ, ਦਰਿਆਵਾਂ, ਹਵਾਵਾਂ, ਉਹਨਾਂ ਬਾਰੇ ਲਿਖਿਆ। ਸੋ ਇੱਦਾਂ ਦੇ ਵਰਸਟਾਈਲ ਸ਼ਾਇਰ ਜਿਹੜੇ ਨੇ ਉਹ ਬਹੁਤ ਘੱਟ ਭਾਸ਼ਾਵਾਂ ਕੋਲ ਨੇ। ਜੇ ਅੰਗਰੇਜ਼ੀ ਕੋਲ ਕੀਟਸ ਹੈ ਤਾਂ ਅਸੀਂ ਵੀ ਮਾਣ ਨਾਲ ਕਹਿ ਸਕਦੇ ਹਾਂ ਸਾਡੇ ਕੋਲ ਪਾਤਰ ਹੈ। ਸੋ ਸਾਡੇ ਕੋਲ ਪਾਤਰ ਹੈ, ਅਤੇ ਪਾਤਰ ਜਿਸਮਾਨੀ ਤੌਰ 'ਤੇ ਨਹੀਂ ਹੈਗਾ ਪਰ ਲਿਖਤਾਂ ਰਾਹੀਂ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ। ਮੈਂ ਕੋਈ ਬਹੁਤਾ ਜ਼ਿਆਦਾ ਨਹੀਂ ਬੋਲਣਾ, ਟਾਈਮ ਕਾਫੀ ਹੋ ਗਿਆ। ਬਸ ਮੈਂ ਇੰਨਾ ਹੀ, ਮੈਂ ਸ਼ਰਧਾਂਜਲੀ ਵੀ ਭੇਂਟ ਕਰਦਾ, ਅਨਟਾਈਮਲੀ ਸ਼ਰਧਾਂਜਲੀ ਹੈ, ਸਮੇਂ ਤੋਂ ਪਹਿਲਾਂ ਵਾਲੀ ਸ਼ਰਧਾਂਜਲੀ ਹੈ। ਨਾਲ ਨਾਲ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪੰਜਾਬੀ ਮਾਂ ਬੋਲੀ ਦੇ ਜਿਹੜੇ ਆਉਣ ਵਾਲੇ ਪੁੱਤ ਨੇ, ਜਿਹੜੇ ਉਹਦਾ ਬੇੜਾ ਸੰਭਾਲਣ ਵਾਲੇ ਪੁੱਤ ਨੇ, ਉਹਦਾ ਬੇੜਾ ਹੂੰਝਣ ਵਾਲੇ ਪੁੱਤ ਨੇ, ਉਹਨਾਂ ਨੂੰ ਬਲ ਬਖਸ਼ੀ, ਇੰਨੀ ਕੁ ਹਾਜ਼ਰੀ ਮੇਰੀ ਕਬੂਲ ਕਰ ਲਿਓ। ਮੈਂ ਇੱਕ ਵਾਰੀ ਫਿਰ ਪਰਿਵਾਰ ਤਾਂ ਮੇਰਾ ਪਰਿਵਾਰ ਹੀ ਹੈ, ਅੰਕੁਰ, ਮਨਰਾਜ, ਮੈਂ ਸਾਰਿਆਂ ਨੂੰ ਹੌਸਲਾ ਵੀ ਦਿੰਦਾ ਅਤੇ ਨਾਲ ਇਹ ਕਹਿੰਦਾ ਕਿ ਤੁਸੀਂ ਇਕੱਲੇ ਨਹੀਂ ਹੈਗੇ, ਅਸੀਂ ਤੁਹਾਡੇ ਨਾਲ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਵਾਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਰੁੱਕ ਕਰਾਂਗੇ ਅਗਲੀ ਖਬਰ ਦਾ। ਚੰਡੀਗੜ੍ਹ ਦੇ ਵਿੱਚ ਯੂਪੀ ਦੇ ਸੀਐਮ ਯੋਗੀ ਆਦਿੱਤਿਆ ਨਾਥ ਨੇ ਪ੍ਰਚਾਰ ਕੀਤਾ। ਬੀਜੇਪੀ ਉਮੀਦਵਾਰ ਸੰਜੇ ਟੰਡਨ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ। 4 ਜੂਨ ਨੂੰ ਤੀਜੀ ਵਾਰ ਮੋਦੀ ਪੀਐਮ ਬਣਨਗੇ। ਯੋਗੀ ਆਦਿੱਤਿਆ ਨਾਥ ਨੇ ਇਸ ਦੌਰਾਨ ਇਹ ਵੱਡਾ ਦਾਅਵਾ ਕੀਤਾ। ਉਹਨਾਂ ਦਾ ਕਹਿਣਾ ਕਿ ਦੇਸ਼ ਦੇ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣੇਗੀ। ਦੇਸ਼ ਨੂੰ ਪਤਾ ਹੈ ਆਏਗੇ ਤੂੰ ਮੋਦੀ ਹੀ। ਯੂਪੀ ਦੇ ਵਿੱਚ ਪਿਛਲੇ 7 ਸਾਲ ਤੋਂ ਕੋਈ ਦੰਗਾ ਨਹੀਂ ਹੋਇਆ। ਯੋਗੀ ਆਦਿੱਤਿਆ ਨਾਥ ਦੇ ਵੱਲੋਂ ਵੀ ਵੱਡਾ ਦਾਅਵਾ ਕੀਤਾ ਗਿਆ ਕਿ ਯੂਪੀ ਦੇ ਵਿੱਚ ਪਿਛਲੇ 7 ਸਾਲ ਤੋਂ ਕੋਈ ਵੀ ਦੰਗਾ ਨਹੀਂ ਹੋਇਆ, ਕੋਈ ਦੰਗਾ ਹੋਇਆ ਤਾਂ ਪੁੱਠਾ ਟੰਗ ਦੇਵਾਂਗੇ। ਯੋਗੀ ਆਦਿੱਤਿਆ ਨਾਥ ਦੇ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਭਾਰਤ ਦਾ ਦੁਨੀਆ 'ਚ ਡੰਕਾ ਵੱਜ ਰਿਹਾ, ਉਹਦੀ ਪੂਰੀ ਦੁਨੀਆ ਦੇ ਵਿੱਚ ਸੰਕਟ ਮੋਚਨ ਬਣੇ ਹੋਏ ਨੇ। ਬਾਤ ਕਰਤੇ ਹੈ ਤਾਂ ਕਾਂਗਰਸ ਕੋ ਚੱਕਰ ਆਨੇ ਲਗਤਾ ਹੈ, ਕਿਉਂਕਿ ਕਾਂਗਰਸ ਸਵਯਂ 400 ਸੀਟ ਪਰ ਚੁਣਾਵ ਨਹੀਂ ਲੜੀ ਹੈ। ਤੋ ਵਹ ਅਗਰ 400 ਸੀਟ ਪਰ ਚੁਣਾਵ ਲੜਤੀ ਤੋ ਉਹ ਵੀ ਕਹਿ ਸਕਤੀ ਥੀ, ਲੇਕਿਨ ਉਸਕੋ ਉਸਕੇ ਕਾਰਨਾਮੋ ਕੇ ਕਾਰਨ ਦੇਸ਼ ਕੀ ਜਨਤਾ ਜਨਾਰਦਨ ਨੇ ਇਸ ਲਾਇਕ ਨਹੀਂ ਛੋੜਾ ਕਿ ਉਹ 400 ਸੀਟੋਂ ਪਰ ਵੀ ਚੁਣਾਵ ਲੜ ਸਕੇ। ਔਰ ਇਸ ਲਈ ਬਹਿਨ ਔਰ ਭਾਈਓ, ਜਬ ਜਨਤਾ ਜਨਾਰਦਨ ਸੇ ਕਾਂਗਰਸ ਕੇ ਲੋਕ ਪੁੱਛਤੇ ਹੈ, ਆਮ ਆਦਮੀ ਪਾਰਟੀ ਕੇ ਲੋਕ ਪੁੱਛਤੇ ਹੈ ਕਿ 400 ਪਾਰ ਕਾ ਮਤਲਬ ਕਿਆ ਹੈ, ਤੋ ਜਨਤਾ ਜਨਾਰਦਨ ਉਸਕਾ ਜਵਾਬ ਦੇ ਦਿੱਤੀ ਹੈ, ਕਹਿਤੀ ਹੈ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਂਗੇ, ਕਿਉਂਕਿ ਜੋ ਰਾਮ ਕਾ ਹੈ ਵਹੀ ਰਾਸ਼ਟਰ ਕਾ ਹੈ, ਜੋ ਰਾਮ ਕਾ ਹੈ ਵਹੀ ਹਮਾਰਾ ਹੈ। ਆਪ ਯਾਦ ਕਰੀਏ
जब भी देश पर संकट आता है तो सबसे पहले देश छोड़कर के भागने वालों में राहुल गांधी का नाम आता है। कहीं भी कोई संकट आ जाए, यद्यपि ये देश को संकट देने वाले लोग ही हैं, इन्होंने समस्या दिया, इन्होंने आतंकवाद देश को दिया, इन्होंने नक्सलवाद देश को दिया, विरासत में इन्होंने भ्रष्टाचार देश को दिया, अराजकता देश को दी, और साथ साथ अव्यवस्था का जो आलम है। जब भी संकट आता है, मैं आपसे पूछना चाहता हूं, इस सदी का सबसे बड़ा संकट था कोरोना कालखंड। कोरोना के दौरान कहीं राहुल गांधी नजर आए थे क्या? चंडीगढ़ आए थे क्या? उत्तर प्रदेश में भी नहीं आए थे, उत्तर प्रदेश से वो सांसद थे उस समय, उत्तर प्रदेश में भी नहीं आए थे। उधर अमित शाह के वालों मनोहर लाल के हक के प्रचार किया गया। करनाल के अमित शाह ने रैली की, शाह ने कांग्रेस के इस दौरान तिखे निशाने साधे। कांग्रेस ने प्राण प्रतिष्ठा दे ली बीजेपी का सद्दा ठुकराया। घट गिणती के वोट बैंक के डर के कारण सद्दा ठुकराया गया। अमित शाह के वालों कांग्रेस से यह निशाना साधा गया। उन्होंने कहा कि 70-70 साल तो राम मंदिर का मामला लटकिया होया। राहुल गांधी ने जगदीप धनखड़ का अपमान किया। प्रधानमंत्री मोदी ने धारा 370 खत्म की। कांग्रेस का किसान बजट 22,000 करोड़ रुपए से तो प्रधानमंत्री मोदी ने 1,25,000 करोड़ का किसान बजट रखा। ये वड्डा बयान दिता गया अमित शाह के वल्लों। में राम मंदिर बनना चाहिए था या नहीं बनना चाहिए था? अरे जोर से बोलो, बनना चाहिए था या नहीं बनना चाहिए था? भाइयों बहनों, 70-70 साल से उड़ा साहब, जवाब देना आप जरा इस बात का करनाल वालों को, 70-70 साल से राम मंदिर को अटका कर लटका कर भटका कर रखा, मोदी जी को आपने दूसरी बार प्रधानमंत्री बनाया, 5 ही साल में भूमि पूजन भी किया, केस भी जीता और 24 जनवरी को प्राण प्रतिष्ठा कर जय श्री राम कर दिया। और भाइयों बहनों, कांग्रेस पार्टी देखिए, ट्रस्ट वालों ने उनको निमंत्रण भेजा, खड़गे जी को, सोनिया जी को, राहुल बाबा को, और कहा कि आप पधारिए, इतना बड़ा राम उत्सव 500 साल के बाद हो रहा है, आप आइए। मगर ये लोग नहीं गए क्योंकि उनकी माइनॉरिटी की वोट बैंक का डर था। भाइयों बहनों, वो भले नहीं गए, हम भाजपा वाले नहीं डरते हैं। नरेंद्र मोदी जी ने न केवल राम मंदिर, औरंगजेब ने तोड़ा हुआ काशी विश्वनाथ को भी फिर से बनाने का काम नरेंद्र मोदी जी ने किया।